ਬ੍ਰਦਰ ਇੱਕ ਮਿੰਟ ਜੀ, ਆ ਮੇਰੇ ਵੀਰ ਨੇ, ਮੈਂ ਗੱਲ ਕਹਿਣੀ ਚਾਹੁੰਦਾ, ਪੈਰਿਸ ਫਰਾਂਸ ਦੇ ਵਿੱਚ ਵੀ ਸਿੱਖਾਂ ਨੇ ਵਿਰੋਧ ਕੀਤਾ, ਸਿੱਖਾਂ ਨੇ ਟਰੈਕਟਰ ਮਾਰਚ ਕੀਤਾ, ਉਹਨਾਂ ਨੂੰ ਨਹੀਂ ਸੀ ਪਤਾ, ਆਪਣੇ ਟਰੈਕਟਰ ਮਾਰਚ ਨੂੰ ਦੇਖ ਕੇ ਉਹਨਾਂ ਨੇ ਟਰੈਕਟਰ ਮਾਰਚ ਕੀਤਾ, ਜਿਹੜਾ ਉਹ ਮਾਰਚ ਕੀਤਾ ਉਹਨਾਂ ਨੇ ਪੈਰਿਸ ਦੀ ਰਾਜਧਾਨੀ ਪੈਰਿਸ ਦੇ ਵਿੱਚ ਐਫਲ ਟਾਵਰ ਦੇ ਸਾਹਮਣੇ ਉਹਨਾਂ ਨੇ ਪਰਾਲੀ ਦੇ ਢੇਰ ਲਾ ਤੇ, ਉਹਨਾਂ ਨੇ ਸੜਕਾਂ 'ਤੇ ਗੋਹਾ ਖਿਲਾਰ ਕੇ ਮਿੱਟੀ ਪਾ ਕੇ ਬੀਜ ਬੀਜ ਤੇ, ਉੱਥੋਂ ਦੇ ਪ੍ਰਸ਼ਾਸਨ ਨੇ ਉੱਥੋਂ ਦੀ ਸਰਕਾਰ ਨੇ ਕੀ ਪਤਾ ਕੀ ਕਿਹਾ, ਕਹਿੰਦੇ ਨਹੀਂ ਇਹ ਸਾਡੇ ਅੰਨਦਾਤਾ ਨੇ, ਇਹ ਸਾਨੂੰ ਪੈਦਾ ਕਰਕੇ ਦਿੰਦੇ ਨੇ, ਸਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ। ਉਹਨਾਂ ਨੂੰ ਇੱਕ ਹਫ਼ਤੇ ਦੇ ਵਿੱਚ ਮੇਜ਼ 'ਤੇ ਬੁਲਾ ਕੇ ਉਹਨਾਂ ਦੀਆਂ ਮੰਗਾਂ ਮੰਨੀਆਂ। ਸਾਡੇ ਵਾਲਿਆਂ ਨੇ ਕੀ ਕੀਤਾ, 2 ਸਾਲ ਦਾ ਕਹਿ ਕੇ ਲਾਰਾ ਲਾ ਕੇ 2 ਮਹੀਨਿਆਂ ਦਾ ਤੋਰ 'ਤੇ ਰਾਜੇਵਾਲ ਹੁਣੀ, ਚਲੋ ਆਪਾਂ ਆਪਸ ਵਿੱਚ ਫਰਕ ਨਹੀਂ ਪਾਉਂਦੇ, ਉਹ ਆ ਗਏ। ਅਗਰਾਹਾ ਕਹਿਣਾ ਸੀ 20 ਦਿਨ ਬਹਿ ਜਾਓ, ਜੇ 20 ਦਿਨ ਬਹਿ ਜਾਂਦੇ ਚੰਡੀਗੜ੍ਹ ਵੀ ਆਪਾਂ ਨੂੰ ਮਿਲਣਾ ਸੀ, ਸਾਰੇ ਮਸਲੇ ਹੱਲ ਹੋਣੇ ਸੀ। ਅਖੀਰ ਨੂੰ ਗੱਲ ਮੈਂ ਛੇਤੀ ਨਿਬੇੜਦਾ ਜੀ, ਬਾਈ ਜੀ ਬਾਹਰਲੀਆਂ ਸਰਕਾਰਾਂ ਆਪਦੇ ਕਿਸਾਨ ਨੂੰ ਪ੍ਰਫੁੱਲਿਤ ਕਰਦੀਆਂ, ਉਹਨੂੰ ਕਹਿੰਦੀਆਂ ਵੀ ਤੂੰ ਬੀਜ ਬੀਜ, ਅਸੀਂ ਤੈਨੂੰ MSP ਦਿੰਦੇ ਹਾਂ, ਅਸੀਂ ਇਹਦੀ ਇੰਸ਼ੋਰੈਂਸ ਦਿੰਦੇ ਹਾਂ। ਇੱਥੋਂ ਵਾਲੀਆਂ ਸਰਕਾਰਾਂ ਕਹਿੰਦੀਆਂ ਜਿੱਥੇ ਪਿਆਜ਼ ਪੈਦਾ ਹੁੰਦਾ ਉੱਥੇ 2 ਰੁਪਏ ਕਿਲੋ, ਜਿੱਥੇ ਲਸਣ ਉੱਥੇ 2 ਰੁਪਏ ਕਿਲੋ, ਪੰਜਾਬ 'ਚ 100 ਰੁਪਏ ਕਿਲੋ, ਕਿਉਂ ਨਹੀਂ ਪਿੰਡਾਂ ਦੇ ਵਿੱਚ ਇੱਕ ਇੱਕ ਕੋਲਡ ਸਟੋਰ ਖੋਲ੍ਹਿਆ ਜਾਂਦਾ। ਨੰਬਰ 2 ਤੇ ਗੱਲ ਇਹ ਕਰਦਾ ਜੀ ਮੈਂ ਵੀਰ ਜੀ, ਜੇ ਪਿੰਡਾਂ 'ਚ ਕੋਲਡ ਸਟੋਰ ਖੋਲ੍ਹਿਆ ਜਾਵੇ, ਜਿਵੇਂ ਕੋਆਪਰੇਟਿਵ ਸੁਸਾਇਟੀਆਂ ਨੇ 2-2, 3-3 ਟਰੈਕਟਰਾਂ, ਹਰੇਕ ਪਿੰਡ ਵਿੱਚ ਕਿੱਲੇ ਵਿੱਚ ਇੱਕ ਕੋਲਡ ਸਟੋਰ ਹੋਵੇ, ਉਹਦੇ ਵਿੱਚ ਪਿਆਜ਼ ਲਸਣ ਵਗੈਰਾ ਜਮ੍ਹਾਂ ਹੁੰਦਾ ਹੋਵੇ, ਉਹ ਹੋਣ ਦੇ ਨਾਲ ਕਦੇ ਵੀ ਮਾਰਕੀਟ ਦੇ ਵਿੱਚ ਕਿਸੇ ਕੀਮਤ ਦਾ ਵਾਧਾ ਨਾ ਹੋਊ। ਹੁਣ ਇਹ ਵਪਾਰੀ ਵਰਗ ਹੋ ਗਿਆ, ਆਪਾਂ ਤੋਂ ਬੋਰੀਆਂ ਤੋਂ ਪਵਾ ਕੇ ਆਪਾਂ ਤੋਂ ਲੈ ਲੈਂਦੇ ਆ, ਉਦੋਂ ਬਾਅਦ ਜਿਉਂ ਜਿਉਂ ਪੈਕਟਾਂ 'ਚ ਪਈ ਜਾਂਦਾ ਬਾਈ ਜੀ, ਇਹਦਾ ਮੁੱਲ ਵਧੀ ਜਾਂਦਾ, 7-12 ਰੁਪਏ ਕਿਲੋ ਲੈ ਕੇ ਬੋਰੀਆਂ 'ਚ ਜਦੋਂ ਪੈ ਜਾਂਦੀਆਂ 25-30, ਫਿਰ ਬੋਰੀਆਂ ਤੋਂ ਬਾਅਦ ਜਦੋਂ ਪ੍ਰੋਸੈਸਿੰਗ ਹੋਣ ਲੱਗਦੀ ਆ 35-40, 50-75 ਰੁਪਏ ਕਿਲੋ। ਅਰਬ ਦੇਸ਼ਾਂ ਵਿੱਚ ਆਪਣਾ ਜਿਹੜਾ ਇਹ ਜਾਂਦਾ ਬਾਸਮਤੀ 150 ਰੁਪਏ ਕਿਲੋ ਜਾਂਦਾ, ਠੀਕ ਹੈ ਜੀ, ਸਾਨੂੰ ਕੀ ਮਿਲਦਾ ਗਾ। ਮੈਂ ਗੱਲ ਇਹ ਕਹਿਣਾ ਗਾ, ਜਦੋਂ ਦੇਸ਼ ਦਾ ਅੰਨਦਾਤਾ ਕੰਗਾਲ ਹੋ ਗਿਆ, ਤੁਹਾਡੇ ਪੱਲੇ ਕੀ ਆ। ਕਰੋਨਾ ਦੇ ਵਿੱਚ ਸਿਰਫ ਇਕੱਲੀ ਐਗਰੀਕਲਚਰ ਨੇ ਇਹਨਾਂ ਦੀ ਗਰੋਥ ਵਧਾਈ, ਬਾਕੀ ਸਾਰੇ ਸੈਕਟਰ ਫੇਲ ਹੋ ਗਏ। ਇਹਨਾਂ ਦੀ ਆਖਾ ਖੇਤੀ 'ਤੇ, ਇਹ ਕਹਿੰਦੇ ਆ ਵੀ ਖੇਤੀ ਦੇ ਅਦਾਰੇ ਅਸੀਂ ਰੱਖ ਲਈਏ, 1000-1000 ਕਿਲੇ ਦਾ ਫਾਰਮ ਹੋਵੇ, ਜੱਟ ਦੇ ਹੱਥ 'ਚ ਟਿਪਨ ਹੋਵੇ, ਪਰ ਨਹੀਂ, ਸਾਡੀਆਂ ਗਦਾਵਰੀਆਂ 'ਚ ਨਾ ਸਾਡੇ ਪੁਰਖਾਂ ਦੀਆਂ ਇਹ ਜਾਇਦਾਦਾਂ ਨੇ, ਅਸੀਂ ਮਰ ਜਾਂਗੇ, ਅਸੀਂ ਇਹ ਜ਼ਮੀਨਾਂ ਨਹੀਂ ਛੱਡਾਂਗੇ, ਠੀਕ ਹੈ ਜੀ। ਆਹ ਕਿੱਡੇ ਕਿੱਡੇ ਖੁੱਲ੍ਹੇ ਰੋਡ ਨੇ, ਮੇਰਾ ਪਿੰਡ ਸੈਣਾ ਲੀਰਾਂ ਕਰਤਾ, 3 ਕਨਾਲ ਮੇਰੀਆਂ ਇੱਧਰੇ ਪਾਸੇ ਆਈਆਂ, 2 ਕਿਲੋਮੀਟਰ ਛੱਡ ਕੇ ਨਾਲ ਦੀ ਵਾਂਢ ਦੇ ਇੱਧਰ ਦੀ ਸੜਕ ਨਹੀਂਗੀ, ਦੱਸੋ ਮੈਂ ਕਿੱਥੇ ਜਾਊਂਗਾ। ਕਿਸੇ ਵੀ ਦੇਸ਼ ਦੀ ਜਦੋਂ ਲੜਾਈ ਲੱਗਦੀ ਆ ਉਹਦੀ ਕਰੰਸੀ ਡੈੱਡ ਹੋ ਜਾਂਦੀ ਆ, ਠੀਕ ਆ ਜੀ। ਇਕੱਲਾ ਸੋਨਾ ਜੇ ਕਿਸੇ ਕੋਲ ਰਹਿੰਦਾ ਉਹਦੀ ਇਕੱਲੀ ਕੀਮਤ ਰਹਿੰਦੀ ਆ। ਅੱਜ ਇਜ਼ਰਾਈਲ ਦੀ ਲੜਾਈ ਹੋਈ ਆ,